ਇਸ ਵੇਲੇ ਦੀ ਵੱਡੀ ਬ੍ਰੇਕਿੰਗ ਨਿਊਜ਼ ਲੁਧਿਆਣੇ ਤੋਂ ਆ ਰਹੀ ਹੈ। ਲੁਧਿਆਣੇ ਦੇ ਵਿੱਚ ਕੋਰੋਨਾ ਦਾ ਇੱਕ ਹੋਰ ਪੋਜ਼ਿਟਿਵ ਮਾਮਲਾ ਸਾਹਮਣੇ ਆਇਆ ਹੈ। ਪਿਛਲੇ ਦਿਨੀ ਜਿਸ ਕੋਰੋਨਾ ਮਰੀਜ਼ ਦੀ ਮਹਿਲਾ ਦੀ ਪਟਿਆਲਾ ਦੇ ਵਿੱਚ ਮੌਤ ਹੋ ਗਈ ਸੀ, ਉਸਦੀ ਗੁਆਂਢਣ ਇੱਕ ਮਹਿਲਾ ਹੈ ਜਿਸ ਦੀ ਹੁਣ ਕੋਰੋਨਾ ਦੀ ਰਿਪੋਰਟ ਪੋਜ਼ਿਟਿਵ ਆਈ ਹੈ। ਉਸ ਮਹਿਲਾ ਦੀ ਪਟਿਆਲਾ ਦੇ ਹਸਪਤਾਲ 'ਚ ਮੌਤ ਤੋਂ ਬਾਅਦ ਡਾਕਟਰਾਂ ਨੇ ਉਸ ਸੰਬੰਧੀ ਲੋਕਾਂ ਦੀ ਜਾਂਚ ਕੀਤੀ ਜੋ ਲੋਕ ਉਸਦੇ ਸੰਪਰਕ ਵਿੱਚ ਆਏ ਸਨ, ਅਤੇ ਇਸ ਤਰ੍ਹਾਂ ਲੁਧਿਆਣੇ ਦੀ ਉਸ ਮਹਿਲਾ ਦੀ ਗੁਆਂਢਣ ਇੱਕ ਮਹਿਲਾ ਉਸਦੀ ਵੀ ਕੋਰੋਨਾ ਵਾਇਰਸ ਦੀ ਰਿਪੋਰਟ ਪੋਜ਼ਿਟਿਵ ਆਈ ਹੈ। ਇਸ ਦੇ ਨਾਲ ਹੀ ਲੁਧਿਆਣਾ ਦੇ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 3 ਹੋ ਚੁੱਕੀ ਹੈ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਲੁਧਿਆਣਾ ਸੀਲ ਕਰ ਦਿੱਤਾ ਹੈ ਅਤੇ ਸਾਰੇ ਕਰਫਿਊ ਪਾਸ ਕੈਂਸਲ ਕਰ ਦਿੱਤੇ ਨੇ। ਅਤੇ ਡਾਕਟਰਾਂ ਵੱਲੋਂ ਜੋ ਉਹਨਾਂ ਮਹਿਲਾ ਦੇ ਸੰਪਰਕ ਵਿੱਚ ਆਏ ਨੇ ਉਹਨਾਂ ਦੇ ਕੋਰੋਨਾ ਵਾਇਰਸ ਦੇ ਟੈਸਟ ਕੀਤੇ ਜਾ ਰਹੇ ਨੇ। ਇੱਥੇ ਇਹ ਵੀ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 3 ਹੋ ਚੁੱਕੀ ਹੈ। ਚਰਨਜੀਤ ਸਿੰਘ ਢਿੱਲੋਂ ਦੀ ਰਿਪੋਰਟ, DH ਨਿਊਜ਼। Press the bell icon on the YouTube app and never miss another update.